ਗੁਰੂ ਗੋਬਿੰਦ ਸਿੰਘ ਕਾਲਜ ਦੇ ਪ੍ਰੀਮਾਈਸਿਸ ਦੇ ਵਿੱਚ ਇਹ ਦੂਜਾ ਗੱਤਕਾ ਕੱਪ ਦਾ ਆਯੋਜਨ ਅੱਜ ਕੀਤਾ ਜਾ ਰਿਹਾ ਹੈ। ਜਿੱਥੋਂ ਤੱਕ ਮੇਰੀ ਸਮਝ ਹੈ ਪੂਰੇ ਭਾਰਤ ਦੇ ਵਿੱਚ ਕਈ ਟ੍ਰੈਡੀਸ਼ਨਲ ਮਾਰਸ਼ਲ ਆਰਟ ਫਾਰਮਸ ਨੇ ਜਿਸ ਦੇ ਵਿੱਚ ਗੱਤਕਾ ਤੇ ਦੂਜਾ ਜਿਹੜੇ ਮੈਨੂੰ ਫੇਮਸ ਕਈ ਵਾਰ ਮੈਂ ਪੜ੍ਹਦਾ ਕਲਾਰੀ ਪਈਏਟੂ ਇੱਕ ਮਾਰਸ਼ਲ ਆਰਟ ਫਾਰਮ ਹੈ ਕੇਰਲਾ ਦੇ ਵਿੱਚ ਜਿਹੜੀ ਕਾਫੀ ਪਾਪੂਲਰ ਹੈ ਤੇ ਬੜੀ ਖੁਸ਼ੀ ਦੀ ਗੱਲ ਹੈ ਕਿ ਪੰਜਾਬੀ ਜਾਗਰਣ ਗਰੁੱਪ ਇਹ ਦੂਜਾ ਗੱਤਕਾ ਕੱਪ ਕਰਾ ਰਿਹਾ ਤੇ ਮੈਨੂੰ ਅੱਜ ਦੱਸਿਆ ਗਿਆ ਵੀ ਇਹ ਸਿਰਫ ਬਰਨਾਲਾ ਹੀ ਨਹੀਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਕਲਾ ਰਿਹਾ ਜਿਹਦੀ ਕਲਮੀਨੇਸ਼ਨ ਅੰਮ੍ਰਿਤਸਰ ਦੇ ਵਿੱਚ ਅੱਗੇ ਜਾ ਕੇ ਹੋਏਗੀ। ਨਾਮ ਤਿਹਾਰੋ ਜੋ ਜਪੈ ਭਏ ਤਿੰਨ ਭਵ ਪਾਰ ਕਾਲ ਤੁਹੀ ਸਾਦੀ ਤੁਹੀ ਤੁਹੀ ਦੇ ਗੱਤਕਾ ਸਾਡੇ ਵਾਸਤੇ ਮਹਾਨ ਗੇਮ ਆ। ਇਹ ਜਿਹੜੀ ਗੇਮ ਹੈਗੀ ਆ ਕਿਉਂਕਿ ਗੁਰੂ ਸਾਹਿਬ ਨੇ ਦਿੱਤੀ ਹੋਈ ਆ ਇਹ ਜਿਹੜੀ ਆ ਇਹ ਕਿਰਪਾਨ ਦੀ ਗੇਮ ਹੈਗੀ ਤਲਵਾਰ ਦੀ ਵੀ ਹੈਗੀ ਤਲਵਾਰ ਜਿਹੜੀ ਆ ਉਹ ਜ਼ੁਲਮ ਦੀ ਪ੍ਰਤੀਕ ਹੈ ਕਿਰਪਾਨ ਜਿਹੜੀ ਆ ਉਹ ਕਿਰਪਾ ਦੀ ਪ੍ਰਤੀਕ ਹੈ। ਅੱਜ ਜ਼ਰੂਰਤ ਹੈ ਕਿ ਸਾਡੀਆਂ ਜਿਹੜੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ ਉਹਨਾਂ ਨੂੰ ਪਤਾ ਲੱਗੇ ਕਿ ਕੀ ਅਹਿਮੀਅਤ ਰਹੀ ਹੈ ਗੱਤਕੇ ਦੀ ਸਾਡੇ ਸਿੱਖ ਹਿਸਟਰੀ 'ਚ ਉਹ ਸਿੱਖਣ ਅਤੇ ਸਾਡੀਆਂ ਜਿਹੜੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ ਉਹਨਾਂ ਤੱਕ ਵੀ ਇਹ ਲੈ ਕੇ ਜਾਣ। ਜੋ ਵੀ ਫਸਟ ਟੀਮ ਆਏਗੀ ਉਹ 31 ਜਨਵਰੀ ਨੂੰ ਅੰਮ੍ਰਿਤਸਰ ਸਾਹਿਬ ਵਿਖੇ ਆਪਣੀ ਟੀਮ ਜੋ ਭਾਗ ਲਵੇਗੀ ਬਰਨਾਲਾ ਜ਼ਿਲ੍ਹਾ ਦੇ ਵਿੱਚੋਂ ਸਾਰੀਆਂ ਜ਼ਿਲ੍ਹੇ ਦੇ ਵਿੱਚੋਂ ਜਿਹੜੀ ਟੀਮ ਫਸਟ ਆਵੇਗੀ ਉਹ ਸਾਰੀਆਂ ਟੀਮਾਂ ਅੰਮ੍ਰਿਤਸਰ ਵਿਖੇ ਭਾਗ ਲੈਣਗੀਆਂ ਜਾ ਕੇ ਉੱਥੇ ਉਹਨਾਂ ਦੀ ਫਸਟ ਪੋਜੀਸ਼ਨ ਕੱਢੀ ਜਾ। ਬਰਨਾਲਾ ਤੋਂ ਜਾਗਰਤੀ ਲਹਿਰ ਦੇ ਲਈ ਬਲਵੰਤ ਸਿੱਧੂ ਦੀ ਰਿਪੋਰਟ।